ਲੈ ਚੱਕ ਲੈ ਚੱਕ ਲੈ ਇਹਨੂੰ ਉਹ ਚੱਕ ਲੈ ਮੈਂ ਤੈਨੂੰ ਚੱਕ ਹੁਣ ਗੱਬੇ ਰੱਖ ਲੈ ਜੇ ਲਿਆ ਚੱਕ ਰੱਖ ਉਹ ਪਟਿਆ ਵਾ ਹਾਂ ਬਾਬੇ ਗੱਬੇ ਰੱਖ ਲਈ ਮੈਂ ਕੈਨੀ ਵੀ ਪਈ ਕੈਨੀ ਫੜਾ ਦੇ ਸੁਣ ਉਹ ਕੈਨੀ ਵੀ ਲਿਆਓ ਪਈ ਹੈ ਬਹਿ ਗਿਆ ਵੈਲਕਮ ਟੂ ਨਿਊ ਵਲੌਗ ਅਤੇ ਇਹ ਬੰਦੇ ਤੁਸੀਂ ਜਾਣਦੇ ਹੋ ਅੱਜ ਬਾਈ ਦਾਰੂ ਕਢਾਉਣ ਚੱਲੇ ਹਾਂ ਘਰ ਦੀ ਆ ਦੇਖ ਲਓ ਸਮਾਨ ਅਸੀਂ ਲੈ ਲਿਆ ਹੈਂ ਅਤੇ ਤੁਹਾਨੂੰ ਦੁਕਾਨੇ ਕਿਹੜੇ ਪਿੰਡ 'ਚ ਕੱਢੀ ਜਾਂਦੀ ਆ ਭਰਾ ਕੇ ਲੈਣੀ ਅੱਜ ਦਿਖਾਈ ਬੜੀ ਪੰਜਾਬ 10 ਕਿਲੋ ਨਹੀਂ ਕੱਢ ਜੂਗੀ ਘਰ ਦੀ ਕੱਢੀ ਵੀ ਠੀਕ ਹੈ ਬਾਈ ਲਾਈਵ ਤੁਹਾਨੂੰ ਦਾਰੂ ਬਣਦੀ ਦਿਖਾਈ ਜਾਊਂਗੀ ਠੀਕ ਹੈ ਜੀ ਤੁਸੀਂ ਬਸ ਕੀਪ ਵਾਚਿੰਗ ਬਹੁਤ ਯਾਰ ਪੂਲ 'ਚ ਚੱਲੀਏ 150 ਰੁਪਇਆ ਡੇਢ ਘੰਟੇ ਦਾ ਹਾਈ ਪੀ ਕੇ ਚੱਲੂਗੇ ਅੱਜ ਕਢਾ ਲਿਆ ਨਹੀਂ ਪੀ ਕੇ ਚੱਲਦੇ ਹੈ 180 ਮੈਂ ਚੱਲੂੰਗਾ ਫਿਰ ਬਾਬੇ ਡੋਲੂ ਫੜਾ ਦੇ ਪਹਿਲਾਂ ਕਰ ਲੈ ਆਪਣਾ ਹੋਣੀ ਅੱਜ ਦਾਰੂ ਕਿਹੜਾ 27 ਕਿਲੋ ਹੋ ਗਿਆ ਨਾਮ ਲਿਖ ਲਓ ਜੀ ਸੈਣੀ ਮੁੱਲਾਂਪੁਰ ਜੀ ਸੈਣੀ ਮੁੱਲਾਂਪੁਰ ਕਿਆ ਤਾਂ ਹੁਣੀ ਕਢਾਉਣੀ ਹੈ ਜੀ ਹੁਣੀ ਨਾਲੇ ਲੈ ਜੂਗੇ ਹਲੇ ਨੀ ਬਹਿ ਜਾ ਆਟਾ ਗਿਰ ਗਿਆ ਯਾਰ ਉੱਪਰ ਤੋ ਬਾਈ ਦਾਰੂ ਦੂਰੂ ਕੋਈ ਨੀ ਕਢਾਉਣਾ ਹੈ ਕਢਾਉਣਾ ਹੈ ਕਾਣੀ ਸਰੋਂ ਦਾ ਤੇਲ ਤੇਲ ਪੀ ਕੇ ਚੱਲਦੇ ਆ ਤੇਲ ਪੀ ਕੇ ਚੱਲੂਗੇ 5 ਰੁਪਏ ਕਿਲੋ ਕਾਣੀ ਹੈ ਇੱਥੇ ਭਾਉ ਯਾਰ ਪਿੰਡ ਤੀੜਾ ਖਲਾ ਕੁ ਤੇ ਯਾਰ ਆਇਆ ਖਾ ਲੈ ਸਰੋਂ ਲਿਆਈ ਬਾਈ ਕਿਲੋ ਆਟਾ ਕਿਲੋ ਤੇਲ ਕਾਣੀ ਨਾ ਆਹ ਦਾਰੂ ਤਾਂ ਗੈਰ ਕਾਨੂੰਨੀ ਆ ਯਾਰ ਕਹਿ ਗਿਆ ਬਾਈ ਪਾਣੀ ਕੁੱਤੇ ਨੇ ਕਹਾਣੀ ਹੈ ਸਰੋਂ ਦਾ ਤੇਲ ਨਿਕਲਦਾ ਆ ਪਿੱਛੇ ਚੱਕੀ ਹੈ ਬਾਈ ਪਿੰਡ ਤੀੜਾ ਤੁਹਾਨੂੰ ਦਿਖਾਉਂਦੇ 27 ਕਿਲੋ ਸਰੋਂ ਹੈ 27 ਕਿਲੋ 'ਚੋਂ ਦੇਖਦੇ ਹੁਣ ਕਿੰਨਾ ਤੇਲ ਨਿਕਲਦਾ ਅਤੇ ਕੁਝ ਬੰਦੇ ਸੈਰੀ ਵੀ ਆਪਣੇ ਨਾਲ ਪਾਕਿਸਤਾਨ ਤੋਂ ਵੀ ਹੈ ਦੇਖ ਲਿਓ ਤੁਸੀਂ ਬਾਈ ਪਾਕਿਸਤਾਨ ਵਾਲੇ ਦੱਸਿਓ ਬਾਈ ਕਿੰਨਾ ਕੀ ਰੇਟ ਹੈ ਤੁਹਾਡੇ ਕੰਨੀ ਸਰੋਂ ਕਹਾਣੀ ਕੁਣੀ ਕਰਦੇ ਹੈ ਲੈਣਾ ਦੱਸ ਕਿਆ ਲੱਸੀ ਵੀ ਲੈ ਦੁੱਧ ਵੀ ਲੈ ਦੁੱਧ ਦੇ ਪੈਕਟ ਕਿੰਨੇ ਕਈ ਆ 27 ਐਕਟੀਵਾ ਕਰੋ ਜੀ ਸਾਈਡ ਮੋਂ ਆਹ ਚੀਜ਼ ਲੈ ਆਹ ਲੈਂਦੇ ਆਹ ਲੈ ਮੈਂ ਆਹ ਲੈਣ ਲੱਗਿਆ ਕਹਿੰਦਾ ਜੀ ਇਹ ਮੈਂਗੋ ਅੰਬ ਤੂੰ ਕਹਿਣ ਲੱਗਿਆ 10 ਰੁਪਏ ਦਾ ਮੈਂ ਤਾਂ ਖਾਣੇ ਲੈ ਲਿਆ ਮੈਂ ਤਾਂ ਮਾਦਾ ਹੀ ਪਾਇਆ ਭਾਈ ਮੈਂ ਇੱਕ ਅਮਰੂਦਾਂ ਦਾ ਆਉਂਦਾ ਬਹੁਤ ਵਧੀਆ ਹੈ ਨਹੀਂ ਉਹ
ले ले क्या खाना भाई? कुरकुरे लूंगा। हाँ देख ले दारू आए निकलती। प्योर ते शुद्ध सरों तेल है। हाँ दिखा दे। हाँ अगले ब्लॉग में मिलते जाना तो फोन कर दी मैनू पहला मोटर देख ली कोई चल रही ता जाना उदा ही लेकर लांघे तेल पवाते।